ਤੇ ਉਧਰ ਅਭਿਨੇਤਾ ਰਾਬਰਟ ਡੀ ਨੀਰੋ ਦਾ ਕਹਿਣਾ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਅਸਲ ਵਿੱਚ ਨਸਲਵਾਦੀ ਅਤੇ ਸ਼ਵੈਤ ਕਮਿਊਨਿਸਟ ਇਨਸਾਨ ਹਨ। ਡੀ ਨੀਰੋ ਅਤੇ ਟਰੰਪ ਵਿਚਾਲੇ ਦੀ ਕੁੜੱਤਨ ਕਿਸੇ ਤੋਂ ਲੁਕੀ ਨਹੀਂ ਹੈ। ਅਭਿਨੇਤਾ ਨੇ ਹਾਲ ਹੀ ਦੇ ਵਿੱਚ ਦਿੱਤੇ ਇੰਟਰਵਿਊ ਵਿੱਚ ਆਖਿਆ ਕਿ ਮੈਂ ਹੁਣ ਬੁੱਢਾ ਹੋ ਗਿਆ ਹਾਂ ਅਤੇ ਜੋ ਕੁਝ ਵੀ ਹੋ ਰਿਹਾ ਉਸ ਤੋਂ ਦੁਖੀ ਹਾਂ। ਜਦੋਂ ਤੁਸੀਂ ਕਿਸੇ ਅਜਿਹੇ ਵਿਅਕਤੀ ਨੂੰ ਰਾਸ਼ਟਰਪਤੀ ਬਣਦਾ ਦੇਖਦੇ ਹੋ ਤਾਂ ਮੈਨੂੰ ਲੱਗਦਾ ਹੈ ਠੀਕ ਹੈ, ਦੇਖਦੇ ਹਾਂ ਕਿ ਇਹ ਕੀ ਕਰਨਗੇ, ਕੀ ਪਤਾ ਇਹ ਕੁਝ ਬਦਲਾਅ ਲਿਆਉਣ, ਪਰ ਇਹ ਦਿਨੋ ਦਿਨ ਹੀ ਖਰਾਬ ਹੋ ਰਹੇ ਨੇ। ਡੀ ਨੀਰੋ ਨੇ ਆਖਿਆ ਕਿ ਇਸ ਤੋਂ ਪਤਾ ਲੱਗਦਾ ਹੈ ਕਿ ਉਹ ਇੱਕ ਅਸਲੀ ਨਸਲਵਾਦੀ ਹਨ। ਮੈਨੂੰ ਲੱਗਦਾ ਕਿ ਨਿਊਯਾਰਕ ਵਿੱਚ ਰਹਿਣ ਵਾਲੇ ਇੱਕ ਸ਼ਖਸ ਦੇ ਤੌਰ 'ਤੇ ਉਹ ਸ਼ਹਿਰ ਵਿੱਚ ਡਾਇਵਰਸਿਟੀ ਨੂੰ ਪਛਾਣਦੇ ਹੋਣਗੇ, ਪਰ ਉਹ ਉਸ ਤੋਂ ਕੁਝ ਜ਼ਿਆਦਾ ਬੁਰੇ ਹਨ ਜਿਨ੍ਹਾਂ ਨੂੰ ਮੈਂ ਸੋਚਿਆ ਸੀ। ਇਹ ਸ਼ਰਮਨਾਕ ਹੈ, ਇਹ ਇਸ ਦੇਸ਼ ਵਿੱਚ ਇੱਕ ਖਰਾਬ ਚੀਜ਼ ਹੈ। ਇਹ ਪੁੱਛੇ ਜਾਣ 'ਤੇ ਕਿ ਕੀ ਉਹ ਟਰੰਪ ਨੂੰ ਸ਼ਵੈਤ ਕਮਿਊਨਿਸਟ ਕਹਿਣਗੇ, ਉਹਨਾਂ ਕਿਹਾ ਕਿ ਉਹ ਅਮਰੀਕੀ ਰਾਸ਼ਟਰਪਤੀ ਨੂੰ ਫਾਸੀਵਾਦੀ ਜਾਣੀ ਕਿ ਹਰ ਮਾਮਲੇ ਵਿੱਚ ਆਪਣੀ ਲੱਤ ਅੜਾਉਣ ਵਾਲੇ ਮੰਨਦੇ ਨੇ। ਉਹਨਾਂ ਦਾ ਸ਼ਵੈਤ ਕਮਿਊਨਿਸਟ ਹੋਣਾ ਉਸ ਤੋਂ ਬਾਅਦ ਆਉਂਦਾ।